ਵੈਲਕਮ ਟੂ ਦਿਸ ਐਪੀਸੋਡ ਆਫ ਦਾ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਹੈ ਮੰਡੇ ਟੂ ਥਰਸਡੇ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਅਤੇ ਰਾਤ 10 ਤੋਂ ਲੈ ਕੇ 11 ਵਜੇ ਤੱਕ। ਸੈਟਰਡੇ ਨੂੰ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਸ਼ਖਸੀਅਤਾਂ ਨੂੰ ਇੱਥੇ ਤੁਹਾਡੇ ਨਾਲ ਮੁਲਾਕਾਤ ਕਰਵਾਈ ਜਾਏ ਜਿਨ੍ਹਾਂ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਹੈ ਅਤੇ ਕੁਝ ਨਾ ਕੁਝ ਸਾਨੂੰ ਇਨਫੋਰਮੇਸ਼ਨ ਦੇ ਸਕਣ। ਐਸੀ ਹੀ ਇੱਕ ਸ਼ਖਸੀਅਤ ਅੱਜ ਸਾਡੇ ਕੋਲ ਸਟੂਡੀਓ ਵਿੱਚ ਪਹੁੰਚੇ ਨੇ ਜਿਹੜੇ ਕਿ ਮਾਈਂਡ ਪਾਵਰ ਦੇ ਉੱਤੇ ਗੱਲਬਾਤ ਕਰਨਗੇ। ਕਿਹਾ ਜਾਂਦਾ ਅੰਗਰੇਜ਼ੀ ਕਿ ਵਟ ਐਵਰ ਦਾ ਮਾਈਂਡ ਕਨਸੀਵਸ ਇਟ ਕੈਨ ਅਚੀਵ ਇਟ, ਯਾਨੀ ਕਿ ਮਨ ਦੇ ਵਿੱਚ ਮਾਈਂਡ ਜੋ ਤੁਸੀਂ ਚਾਹੁੰਦੇ ਹੋ ਉਹ ਪੂਰਾ ਕਰ ਸਕਦੇ ਹੋ। ਪਰ ਕਿਉਂ ਨਹੀਂ ਇਹ ਸਾਰੇ ਮਨਾਂ ਦੀਆਂ ਚੀਜ਼ਾਂ ਪੂਰੀਆਂ ਹੁੰਦੀਆਂ? ਮਾਈਂਡ ਪਾਵਰ ਦੇ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਮੇਰਾ ਸਾਥ ਦੇਣਗੇ ਨਵਤੇਜ ਖੇਲਾ। ਆਓ ਇਹਨਾਂ ਨਾਲ ਜਾਣਕਾਰੀ ਲੈਂਦੇ ਇਹਨਾਂ ਕੋਲੋਂ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਅਸੀਂ ਵੀ ਆਪਣੇ ਮਾਈਂਡ ਨੂੰ ਸਟਰੈਂਥਨ ਕਰ ਸਕਦੇ ਹਾਂ ਅਤੇ ਜੋ ਕੁਝ ਅਸੀਂ ਪਾਉਣਾ ਚਾਹੁੰਦੇ ਹਾਂ ਉਸਨੂੰ ਅਸੀਂ ਪਾ ਸਕਦੇ ਹਾਂ। ਸਵਾਗਤ ਕਰਦੇ ਹਾਂ ਨਵਤੇਜ ਖੇਲਾ ਦਾ। ਨਵਤੇਜ ਜੀ, ਜੀ ਆਨੂੰ ਵੈਲਕਮ। ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ, ਥੈਂਕ ਯੂ ਫੋਰ ਹੈਵਿੰਗ ਮੀ ਹੇਅਰ। ਵੈਲਕਮ। ਮਾਈਂਡ ਪਾਵਰ ਦੀ ਜਦੋਂ ਗੱਲ ਕਰ ਰਹੇ ਹਾਂ, ਤੁਹਾਡਾ ਇੰਟਰਸਟ ਇਸ ਪਾਸੇ ਕਿਵੇਂ ਪਿਆ? ਤੁਹਾਡਾ ਕਿਉਂਕਿ ਮਾਈਂਡ ਪਾਵਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸਦੇ ਵਿੱਚ ਸਾਨੂੰ ਸਭ ਨੂੰ ਪਤਾ ਕਿ ਜੀ ਅਸੀਂ ਜੋ ਚਾਹੁੰਦੇ ਹਾਂ ਅਸੀਂ ਪਾ ਸਕਦੇ ਹਾਂ, ਪਰ 100 'ਚੋਂ ਮਜੋਰਿਟੀ ਲੋਕ ਜਿਹੜੇ ਹੈਗੇ ਨੇ ਉਹ ਇਹ ਹੋ ਜਾਂਦਾ ਕਿ ਇਹ ਸੋਚਦੇ ਨੇ, ਥਿਓਰੈਟਿਕਲੀ ਬਿਲੀਵ ਕਰਦੇ ਨੇ, ਬਟ ਪ੍ਰੈਕਟੀਕਲੀ ਕਹਿੰਦੇ ਨੇ ਨਹੀਂ ਇਹ ਸੰਭਵ ਹੋ ਨਹੀਂ ਸਕਦਾ। ਸੋ ਤੁਹਾਡਾ ਇੰਟਰਸਟ ਕਿਵੇਂ ਪਿਆ ਮਾਈਂਡ ਪਾਵਰ ਦਾ, ਇਹ ਜਿਹੜਾ ਕੋਨਸੈਪਟ ਹੈਗਾ ਇਹਦੇ ਪ੍ਰਤੀ ਤੁਸੀਂ ਕਿਵੇਂ ਆਕਰਸ਼ਿਤ ਹੋਏ? ਪਹਿਲੇ ਤਾਂ ਮੈਂ ਮਾਈਂਡ ਪਾਵਰ ਬਾਰੇ ਇੱਕ ਦੋ ਲਾਈਨਾਂ ਦੱਸਣੀਆਂ ਚਾਹੁੰਦਾ ਕਿ ਮਾਈਂਡ ਪਾਵਰ ਐਗਜੈਕਟਲੀ ਕੀ ਹੈਗੀ ਆ। ਜੀ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਵਟ ਐਵਰ ਯੂਰ ਮਾਈਂਡ ਕੈਨ ਕਨਸੀਵ ਇਟ ਕੈਨ ਅਚੀਵ। ਸੋ ਮਾਈਂਡ ਪਾਵਰ ਤੋਂ ਇਹ ਭਾਵ ਹੈ ਸਾਡਾ ਕਿ ਅਸੀਂ ਆਪਣੇ ਮਨ ਦੀ ਸ਼ਕਤੀ ਦੇ ਦੁਆਰਾ ਆਪਣੇ ਜਿਹੜੇ ਵੀ ਗੋਲ ਅਸੀਂ ਲਾਈਫ ਦੇ ਵਿੱਚ ਰੱਖਦੇ ਹਾਂ ਉਹ ਸਾਰੇ ਹਾਸਲ ਕਰ ਸਕਦੇ ਹਾਂ। ਜੀ, ਅਤੇ ਆਈ ਐਮ ਫੋਰਚੂਨੇਟ ਇਨਫ ਐਂਡ ਆਈ ਫੀਲ ਗੁੱਡ ਕਿ ਮੇਰੇ ਨਾਲ ਵੀ ਕੁਛ ਇਸੇ ਤਰ੍ਹਾਂ ਲਾਈਫ ਦੇ ਵਿੱਚ ਸਿਲਸਿਲੇ ਹੋ ਰਹੇ ਨੇ। ਅਤੇ ਜਿਵੇਂ ਤੁਸੀਂ ਪੁੱਛਿਆ ਕਿ ਤੁਹਾਡਾ ਇੰਟਰਸਟ ਕਿਵੇਂ ਬਣਿਆ, ਅੱਜ ਤੋਂ ਤਕਰੀਬਨ 10 ਸਾਲ ਪਹਿਲੇ ਆਈ ਵਾਜ਼ ਫੋਰਚੂਨੇਟ ਇਨਫ ਕਿ ਮੇਰੇ ਕੋਲ ਇੱਕ ਐਸੀ ਬੁੱਕ ਆਈ ਜਿਹਨੇ ਮੇਰੀ ਪੂਰੀ ਲਾਈਫ ਚੇਂਜ ਕਰ ਦਿੱਤੀ। ਅਤੇ ਉਹ ਬੁੱਕ ਸੀਗੀ ਮੇਰੇ ਮੈਂਟੋਰ ਮਾਈਂਡ ਪਾਵਰ ਟ੍ਰੇਨਰ ਨੇ ਡਾਕਟਰ ਜਿਤੇਂਦਰ ਅੜੀਆ। ਅੱਛਾ ਜੀ। ਹੀ ਇਜ਼ ਫਰੋਮ ਅਹਿਮਦਾਬਾਦ, ਇੰਡੀਆ। ਓਕੇ। ਅਤੇ ਉਹਨਾਂ ਦੀ ਇਹ ਬੁੱਕ ਦਾ ਨਾਂ ਸੀ ਪ੍ਰੇਰਣਾ ਕਾ ਝਰਨਾ। ਓਕੇ। ਹਿੰਦੀ ਦੇ ਵਿੱਚ ਵੀ ਸੀ, ਉਹਨਾਂ ਨੇ ਇੰਗਲਿਸ਼ ਦੇ ਵਿੱਚ ਵੀ ਸਪ੍ਰਿੰਗ ਆਫ ਇੰਸਪੀਰੇਸ਼ਨ ਇਹਦਾ ਨਾਂ ਸੀਗਾ। ਅਤੇ ਉਹ ਮੇਰੇ ਕਿਸੇ ਬਹੁਤ ਹੀ ਅੱਛੇ ਦੋਸਤ ਨੇ ਮੈਨੂੰ ਉਹ ਗਿਫਟ ਕੀਤੀ ਅਤੇ ਆਈ ਵੁੱਡ ਸੇ ਉਹ ਬੁੱਕ ਨੇ ਮੇਰੀ ਲਾਈਫ ਚੇਂਜ ਕਰ ਦਿੱਤੀ। ਅਤੇ ਉਹਦੇ ਵਿੱਚੋਂ ਮੈਨੂੰ ਕੁਛ ਐਸੀਆਂ ਟੈਕਨੀਕਸ ਪੜ੍ਹਨ ਨੂੰ ਮਿਲੀਆਂ ਜਿਹੜੀਆਂ ਮੈਂ ਆਪਣੀ ਲਾਈਫ ਦੇ ਵਿੱਚ ਅੱਗੇ ਜਾ ਕੇ ਅਜਮਾਈਆਂ ਅਤੇ ਉਹਨਾਂ ਦੇ ਬਹੁਤ ਅੱਛੇ ਰਿਜ਼ਲਟ ਪਾਏ। ਵੰਡਰਫੁਲ। ਕਿਤਾਬਾਂ ਤਾਂ ਇਨਸਾਨ ਬਹੁਤ ਪੜ੍ਹਦਾ ਹੈ, ਲੇਕਿਨ ਕਈ ਵਾਰੀ ਹੁੰਦਾ ਕਿ ਕੋਈ ਕਿਤਾਬ ਤੁਹਾਨੂੰ ਇੰਨੀ ਸਟ੍ਰਾਈਕ ਕਰਦੀ ਕਿ ਤੁਸੀਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ। ਸੋ ਮਾਈਂਡ ਦੇ ਉੱਤੇ ਤਾਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ। ਅਸੀਂ ਦੇਖਦੇ ਹਾਂ ਜਿੰਨੇ ਵੀ ਪੋਜ਼ਿਟਿਵ ਥਿੰਕਰਸ ਨੇ ਉਹ ਵੀ ਇਸੇ ਚੀਜ਼ 'ਤੇ ਫੋਕਸ ਕਰਦੇ ਗਏ ਨੇ, ਭਾਵੇਂ ਨੋਰਮਨ ਵਿਨਸੈਂਟ ਪੀਲ ਜਿਹੜੇ ਕਿ ਵੈਸਟਰਨ ਵਰਲਡ ਦੇ ਵਿੱਚ ਇੱਕ ਪਾਇਨੀਅਰ ਸਮਝੇ ਜਾਂਦੇ ਨੇ ਇਸ ਫੀਲਡ ਦੇ ਵਿੱਚ, ਉਹਨਾਂ ਨੇ ਕੁਝ ਕਿਹਾ ਹੋਇਆ। ਜਾਂ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਕੋਈ ਵੀ ਦੇਖ ਲਈਏ ਜਿਹੜਾ ਪੋਜ਼ਿਟਿਵ ਸਪੀਕਰ ਹੈਗਾ ਜਿਹੜਾ ਗੱਲਬਾਤ ਕਰ ਰਿਹਾ, ਸੋ ਸਾਰੇ ਹੀ ਮਾਈਂਡ ਉੱਤੇ ਫੋਕਸ ਕਰਦੇ ਨੇ। ਪਰ ਤੁਹਾਨੂੰ ਕਿਹੜੀ ਐਸੀ ਚੀਜ਼ ਇਸ ਕਿਤਾਬ ਵਿੱਚ ਲੱਗੀ ਜਿਹਨੇ ਕਿ ਕਿਹਾ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੀਵਨ ਵਿੱਚ ਪਰਿਵਰਤਨ ਆ ਗਿਆ, ਵਟ ਵਾਜ਼ ਦੈਟ ਸਟ੍ਰਾਈਕਿੰਗ ਫੈਕਟਰ? ਗ੍ਰੇਟ ਕੁਐਸਚਨ। ਇਹ ਜਿਹੜੀ ਸਭ ਤੋਂ ਬਿਊਟੀਫੁਲ ਚੀਜ਼ ਇਹ ਸੀਗੀ ਕਿ ਡਾਕਟਰ ਅੜੀਆ ਨੇ ਇਸ ਕਿਤਾਬ ਨੂੰ ਜਦੋਂ ਲਿਖਿਆ ਸੀਗਾ ਅਤੇ ਉਹਨੇ ਕਿਤਾਬ ਦੇ ਲਾਸਟ ਪੰਨੇ 'ਤੇ ਰੈਫਰੈਂਸ ਬੁੱਕਸ ਦੱਸੀਆਂ ਸੀ ਕਿ ਇਹ ਕਿਤਾਬ ਲਿਖਣ ਲਈ ਮੈਂ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਨੇ। ਜੀ। ਅਤੇ ਜਿਵੇਂ ਤੁਸੀਂ ਨੋਰਮਨ ਵਿਨਸੈਂਟ ਪੀਲ ਦਾ ਨਾਮ ਲਿਆ ਹੈਗਾ, ਅਤੇ ਲੱਕੀਲੀ ਕੁਛ ਉਹਨਾਂ 'ਚੋਂ ਕਿਤਾਬਾਂ ਮੈਂ ਆਲਰੇਡੀ ਪੜ੍ਹੀਆਂ ਹੋਈਆਂ ਸੀ ਅਤੇ ਆਈ ਕੁਡ ਰਿਲੇਟ ਟੂ ਦਾ ਥਿਊਰੀ ਟੂ ਦਾ ਕਨਸੈਪਟ ਸੋ ਈਜ਼ਲੀ। ਰਾਈਟ। ਅਤੇ ਮੈਨੂੰ ਉਹ ਛੇਤੀ ਸਮਝ ਆਉਣ ਲੱਗ ਪਿਆ ਸਾਰਾ ਕੁਛ। ਜਿਵੇਂ ਕੁਛ ਕਿਤਾਬਾਂ ਦਾ ਜਿਵੇਂ ਮੈਂ ਨਾਂ ਤੁਹਾਡੇ ਕੋਲ ਇਹਨਾਂ ਬੜੀਆਂ ਪਾਪੂਲਰ ਬੁੱਕਸ ਹੈਗੀਆਂ, ਥਿੰਕ ਐਂਡ ਗਰੋ ਰਿਚ, ਨੈਪੋਲੀਅਨ ਹਿਲ ਦੀ, ਯਾ ਸੋ ਪਾਵਰ ਆਫ ਯੂਅਰ ਸਬਕੌਂਸ਼ੀਅਸ ਮਾਈਂਡ, ਜੋਸੇਫ ਮਰਫੀ ਦੀ ਬੁੱਕ ਹੈਗੀ ਆ, ਦੈਟਸ ਐਨ ਅਮੇਜ਼ਿੰਗ ਬੁੱਕ ਟੂ ਰੀਡ। ਸੋ ਉਹਨਾਂ ਨੇ ਆਲਰੇਡੀ ਪਿੱਛੇ ਜਿਹੜੀਆਂ 20 ਕਿਤਾਬਾਂ ਲਿਖੀਆਂ ਸੀ ਉਹਦੇ ਵਿੱਚੋਂ ਮੈਂ ਦੇਖਿਆ ਕਿ ਆਈ ਆਲਰੇਡੀ ਰੈਡ ਆਲਮੋਸਟ 10-15 ਬੁੱਕਸ, ਅਤੇ ਉੱਪਰੋਂ ਜਦੋਂ ਇਹ ਕਿਤਾਬ ਸਾਰੀਆਂ ਕਿਤਾਬਾਂ ਦਾ ਇੱਕ ਤਰ੍ਹਾਂ ਨਿਚੋੜ ਸੀ, ਅਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਅਲੱਗ ਅਲੱਗ ਜਗ੍ਹਾ ਤੋਂ ਲਈਆਂ ਸੀਗੀਆਂ ਉਹ ਮੇਰੇ ਲਈ ਵਰਕ ਕਰਦੀਆਂ ਗਈਆਂ। ਅਤੇ ਉਹ ਯੂਜ਼ ਮੈਂ ਇਸ ਤਰ੍ਹਾਂ ਕੀਤੀਆਂ ਕਿ ਮੇਰਾ ਕੈਨੇਡਾ ਆਉਣ ਦਾ ਬਹੁਤ ਹੀ ਇੱਕ ਡ੍ਰੀਮ ਸੀਗਾ, ਬਹੁਤ ਸਾਲਾਂ ਤੋਂ ਮੈਂ ਕੋਸ਼ਿਸ਼ ਵੀ ਕਰ ਰਿਹਾ ਸੀਗਾ। ਜੀ। ਅਬਾਊਟ 2003 ਤੋਂ ਮੈਂ ਐਫਰਟ ਸਟਾਰਟ ਕੀਤੇ ਸੀਗੇ। ਅੱਛਾ। ਅਤੇ ਔਨ ਡਿਫਰੈਂਟ ਓਕੇਜ਼ਨਸ, ਔਨ ਡਿਫਰੈਂਟ ਵੇਜ਼ ਆਈ ਵਾਜ਼ ਰਿਫਿਊਜ਼ਡ ਐਟਲੀਸਟ 4-5 ਟਾਈਮਸ। ਓਕੇ। ਬਟ ਮੈਨੂੰ ਕੋਈ ਐਸੀ ਖਿੱਚ ਸੀਗੀ ਕੈਨੇਡਾ ਦੇ ਪ੍ਰਤੀ, ਮੈਨੂੰ ਲੱਗਦਾ ਸੀ ਕਿ ਮੈਂ ਉੱਥੇ ਜ਼ਰੂਰ ਜਾਣਾ ਅਤੇ ਮੇਰੇ ਲਈ ਮੇਰੀ ਡੈਸਟੀਨੀ ਹੈਗੀ ਉੱਥੇ, ਕੁਛ ਖਾਸ ਕਰਾਂਗੇ। ਔਰ ਜਦੋਂ ਇਹ ਬੁੱਕ ਪੜ੍ਹਨ ਤੋਂ ਬਾਅਦ ਜਦੋਂ ਪਹਿਲੇ ਜਿਹੜੀਆਂ ਰਿਜੈਕਸ਼ਨ ਸੀਗੀਆਂ ਮੈਂ ਉਹਨਾਂ ਨੂੰ ਹੈਂਡਲ ਕਰਕੇ ਦੈਨ ਇਸ ਬੁੱਕ ਦੇ ਜਿਹੜੇ ਆਈਡੀਆਜ਼ ਆ ਉਹ ਯੂਜ਼ ਕੀਤੇ ਅਤੇ
ਅੱਗੇ ਅੱਗੇ ਫਿਰ ਮੈਨੂੰ ਉਹ ਸਕਸੈਸ ਮਿਲਦੀ ਗਈ। ਸੋ ਇੰਡੀਆ ਵਿੱਚ ਸੀ ਤੁਸੀਂ ਜਦੋਂ ਕਿ ਇਸ ਕਿਤਾਬ ਤੁਹਾਡੇ ਹੱਥ ਲੱਗੀ ਤੇ ਤੁਸੀਂ ਇਸ ਦੇ ਉੱਤੇ ਇਹਨਾਂ ਦੀ ਜਿਹੜੀ ਟੈਕਨੀਕਸ ਹਨ ਉਹਨੂੰ ਫੋਲੋ ਕਰਨਾ ਸ਼ੁਰੂ ਕੀਤਾ। ਹਾਂਜੀ, ਮੈਂ 2010 ਦੇ ਵਿੱਚ ਕੈਨੇਡਾ ਆਇਆ ਹਾਂ। ਵੰਡਰਫੁਲ। ਸੋ ਹੁਣ ਗੱਲਬਾਤ ਕਰੀਏ ਉਹ ਟੈਕਨੀਕਸ ਦੀ, ਕਿਉਂਕਿ ਹਰ ਇੱਕ ਵਿਅਕਤੀ ਜਿਸ ਵੀ ਫੀਲਡ ਵਿੱਚ ਹੈਗਾ ਉਹ ਕਾਮਯਾਬ ਹੋ ਸਕਦਾ ਹੈ, ਪਰ ਫਸਟ ਆਫ ਆਲ ਤਾਂ ਗੱਲਾਂ ਦੀ ਕਾਮਯਾਬੀ ਹੈ ਕੀ ਹੈ, ਨਜ਼ਰੀਆ ਤੁਹਾਡਾ ਕਾਮਯਾਬੀ ਦੇ ਪ੍ਰਤੀ ਕੀ ਹੈ, ਕੀ ਸਿਰਫ ਆਪਣੇ ਬੈਂਕ ਅਕਾਊਂਟ ਨੂੰ ਭਰ ਲੈਣਾ ਕਿ ਉਹ ਕਾਮਯਾਬੀ ਹੈ, ਜਾਂ ਓਵਰਆਲ ਤੁਹਾਡੀ ਪਰਸਨੈਲਿਟੀ ਦੇ ਵਿੱਚ ਡਿਵੈਲਪਮੈਂਟ ਹੋਵੇ ਉਹ ਕਾਮਯਾਬੀ ਹੈ। ਬਹਰਹਾਲ ਇੱਕ ਵੱਖਰਾ ਸਵਾਲ ਹੈ, ਲੇਕਿਨ ਮਾਇੰਡ ਦੇ ਰਾਹੀਂ ਅਸੀਂ ਕਿਵੇਂ ਆਪਣੇ ਗੋਲਸ ਨੂੰ ਫੁਲਫਿਲ ਕਰਨਾ ਹੈ ਉਹਦੇ ਮੁਤਾਬਿਕ ਦੱਸੋ ਕਿਹੜੀਆਂ ਟੈਕਨੀਕਸ ਨੇ। ਇਸੇ ਦੇਖੋ ਜੀ, ਮੈਂ ਸਕਸੈਸ ਨੂੰ ਅਸੀਂ ਸਿਰਫ ਮਨੀ ਨਾਲ ਨਹੀਂ ਮੈਜਰ ਕਰ ਸਕਦੇ। ਅਗਰ ਸਿਰਫ ਮਨੀ ਨਾਲ ਮੈਜਰ ਕਰ ਸਕਦੇ ਹੁੰਦੇ ਤਾਂ ਜਿਹੜੇ ਦੁਨੀਆ ਦੇ ਸਭ ਤੋਂ ਸਕਸੈਸਫੁਲ ਲੋਕ ਹੋਏ ਨੇ ਜਾਂ ਬਹੁਤ ਰਿਚ ਲੋਕ ਨੇ ਉਹ ਕਿਉਂ ਅੱਜ ਸਟ੍ਰੈਸ ਦੇ ਵਿੱਚ ਹੈਗੇ ਨੇ ਜਾਂ ਕਿਉਂ ਪ੍ਰੋਬਲਮਸ ਦੇ ਵਿੱਚ ਹੈਗੇ ਆ। ਸੋ ਆਈ ਆਲਵੇਜ਼ ਟੀਚ ਮਾਈ ਫਰੈਂਡਸ, ਮੈਂ ਉਹਨਾਂ ਨੂੰ ਕਹਿੰਦਾ ਕਿ ਇੱਕ ਪੇਪਰ ਦੇ ਉੱਤੇ 4 ਖਾਨੇ ਡਰਾ ਕਰ ਲਈਏ ਅਤੇ ਉਹ 4 ਖਾਨਿਆਂ ਦੇ ਵਿੱਚ ਇੰਗਲਿਸ਼ ਦਾ ਐਫ 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 ਵਰਡ ਲਿਖ ਲਈਏ 4 ਦੇ ਵਿੱਚ ਅਤੇ ਉਹਨਾਂ ਦੇ ਵਿੱਚ ਫਿਰ ਆਪਣੇ ਗੋਲ ਡਿਸਾਈਡ ਕਰੀਏ ਅਸੀਂ ਉਹ 4 ਖਾਨਿਆਂ ਦੇ। ਅਸੀਂ ਉਹਨੂੰ ਕਹਿੰਦੇ ਬੈਲੈਂਸਡ ਗੋਲ ਸੈਟਿੰਗ। ਠੀਕ ਹੈ, ਰਾਈਟ। ਸੋ ਪਹਿਲੇ ਐਫ ਦੇ ਵਿੱਚ ਮੈਂ ਆਲਵੇਜ਼ ਫਿਟਨੈਸ ਰੱਖਦਾ ਕਿ ਆਪਣੇ ਸਰੀਰ ਦੀ ਆਪਣੇ ਆਪ ਨੂੰ ਕਿੱਦਾਂ ਆਪਾਂ ਫਿਟ ਰੱਖਣਾ ਹੈਗਾ, ਪ੍ਰਾਇਓਰਿਟੀ ਇਹ ਹੋਣੀ ਚਾਹੀਦੀ। ਸੈਕਿੰਡ ਐਫ ਦੇ ਵਿੱਚ ਮੈਂ ਰੱਖਦਾ ਹੈ ਕਿ ਫੈਮਲੀ। ਠੀਕ, ਅਗਰ ਸਾਡੇ ਫੈਮਲੀ ਰਿਲੇਟਡ ਐਕਟੀਵਿਟੀਜ਼ ਫੈਮਲੀ ਨੂੰ ਅਸੀਂ ਪ੍ਰਾਇਓਰਿਟੀ ਨਹੀਂ ਦੇ ਪਾ ਰਹੇ ਅਤੇ ਬਾਕੀ ਸਾਰੀਆਂ ਚੀਜ਼ਾਂ ਫਜ਼ੂਲ ਦੀਆਂ ਹੈਗੀਆਂ। ਠੀਕ। ਥਰਡ ਕਾਲਮ ਦੇ ਵਿੱਚ ਮੈਂ ਰੱਖਦਾ ਹੈਗਾ ਫਾਈਨਾਂਸ ਕਿ ਅਸੀਂ ਜੋ ਵੀ ਬਿਜ਼ਨਸ ਕਰਦੇ ਹਾਂ, ਜੋ ਵੀ ਸਾਡੇ ਕਾਰੋਬਾਰ ਨੇ, ਉਹ 'ਚ ਸਾਡੇ ਕੀ ਗੋਲ ਨੇ ਬਿਜ਼ਨਸ ਦੇ ਪ੍ਰਤੀ, ਮਨੀ ਬਣਾਉਣ ਦੇ ਪ੍ਰਤੀ। ਠੀਕ। ਲਾਸਟ ਦੇ ਵਿੱਚ ਮੈਂ ਰੱਖਦਾ ਹੈਗਾ ਆਪਣੇ ਫੇਥ। ਓਕੇ। ਸੋ ਉਹਦੇ ਵਿੱਚ ਆਪਾਂ ਸਪਿਰਚੁਅਲਿਟੀ ਆ ਜਾਂਦੀ ਹੈਗੀ ਆ ਕਿ ਤੁਸੀਂ ਕਿਹੜੀਆਂ ਐਸੀਆਂ ਐਕਟੀਵਿਟੀਜ਼ ਕਰ ਸਕਦੇ ਹੋ, ਜਿਸ ਤੁਸੀਂ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੈਗੀ ਆ। ਅਤੇ ਮੈਂ ਆਪਣੇ ਸ਼ੁਰੂ ਤੋਂ ਇਹ 4 ਖਾਨਿਆਂ ਦੇ ਵਿੱਚ ਗੋਲ ਰੱਖਦਾ ਹਾਂ ਜੀ, ਅਤੇ ਥੈਂਕ ਗੋਡ ਐਵਰੀਥਿੰਗ ਇਜ਼ ਅਚੀਵਡ। ਔਰ ਇਹ ਬੈਲੈਂਸਡ ਹੋਣੇ ਬਹੁਤ ਜ਼ਰੂਰੀ ਹੈ। ਇੱਕ ਇੰਪੋਰਟੈਂਟ ਤੁਸੀਂ ਗੱਲ ਕਰੀ ਬੈਲੈਂਸਡ ਅਪਰੋਚ ਟੂਵਰਡਸ ਲਾਈਫ। ਅੱਜ ਜਿਹੜੇ ਤੁਸੀਂ ਇਹ 4 ਐਫਸ ਦਾ ਜ਼ਿਕਰ ਕਰ ਰਹੇ ਹੋ, ਅਸੀਂ ਸ਼ਾਇਦ ਟੌਪਸੀ ਟਰਵੀ ਕਰ ਦਿੱਤਾ, ਉਸਨੂੰ ਪੁੱਠਾ ਕਰਦਾ, ਸਾਡੀ ਪ੍ਰਾਇਰਟੀ ਨੰਬਰ 1 ਫਾਈਨੈਂਸ 'ਤੇ ਕਰ ਦਿੱਤੀ, ਫੇਥ ਤਾਂ ਆਫਕੋਰਸ 4th ਕੀ ਪਤਾ ਨਹੀਂ, ਸ਼ਾਇਦ 10ਵੇਂ ਨੰਬਰ 'ਤੇ ਵੀ ਹੋਵੇ। ਹਾਂ, ਅਸੀਂ ਕਹਿੰਦੇ ਜ਼ਰੂਰ ਹਾਂ ਕਿ ਅਸੀਂ ਕਿਸੇ ਧਰਮ ਨੂੰ ਬਿਲੋਂਗ ਕਰਦੇ ਹਾਂ, ਪਰ ਕਿੰਨਾ ਕੁ ਸਾਡਾ ਫੇਥ ਹੈ ਇਹ ਇੱਕ ਸੈਪਰੇਟ ਇਸ਼ੂ ਹੈਗਾ। ਬਿਲਕੁਲ। ਇਹ ਟੌਪਸੀ ਟਰਵੀ ਵਰਲਡ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਕਿ ਇੱਕ ਫਾਸਟ ਜ਼ਿੰਦਗੀ ਦੇ ਵਿੱਚ ਅਸੀਂ ਹਰ ਚੀਜ਼ ਨੂੰ ਛੇਤੀ ਅਚੀਵ ਕਰਨਾ ਚਾਹੁੰਦੇ ਹਾਂ, ਐਂਡ ਉਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਵੀ ਆਈਆਂ। ਰੌਂਡਾ ਬਰਨਸ ਦੀ ਜਿਹੜੀ ਕਿਤਾਬ ਆਈ ਸੀਕ੍ਰੇਟ, ਉਸਨੇ ਤਰਥੱਲੀ ਮਚਾ ਦਿੱਤੀ ਸੀ ਦੁਨੀਆ ਦੇ ਵਿੱਚ। ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਲਾਅ ਆਫ ਅਟਰੈਕਸ਼ਨ ਦਾ ਜ਼ਿਕਰ ਹੋਇਆ ਇੱਕ ਵੱਖਰੇ ਨਜ਼ਰੀਏ ਨਾਲ, ਫਿਲਮ ਰਾਹੀਂ, ਜਿਸ ਨਾਲ ਕਿ ਲੋਕ ਇਹ ਸਮਝਣ ਸ਼ੁਰੂ ਕਰ ਦਿੱਤਾ ਕਿ ਹੁਣ ਤਾਂ ਜੋ ਤੁਸੀਂ ਸੋਚੋਗੇ ਅਤੇ ਉਹ ਅਟਰੈਕਟ ਜੋ ਯੂਨੀਵਰਸ ਤੁਹਾਨੂੰ ਉਹ ਭੇਜ ਦੇਗਾ, ਪਰ ਅਸਲ ਵਿੱਚ ਇਸ ਤਰ੍ਹਾਂ ਜ਼ਿੰਦਗੀ 'ਚ ਹੁੰਦਾ ਨਹੀਂ ਹੈਗਾ। ਹਾਂਜੀ। ਸੋ ਪਹਿਲੀ ਗੱਲ ਤਾਂ ਹੈ, ਤੁਸੀਂ ਕਿਹਾ ਇਹ 4 ਕਾਰਨਰਸ ਦੇ ਵਿੱਚ ਬਣਾ ਕੇ ਤੁਸੀਂ ਆਪਣੇ ਗੋਲਸ ਲਿਖੋ। ਸੋ ਲੈਟਸ ਟਾਕ ਅ ਲਿਟਲ ਬਿਟ ਅਬਾਊਟ ਗੋਲਸ। ਵਾਈ ਇਜ਼ ਇਟ ਇੰਪੋਰਟੈਂਟ ਟੂ ਰਾਈਟ ਡਾਊਨ ਯੋਰ ਗੋਲਸ? ਮੈਂ ਕਹਿੰਦਾ ਜੀ ਕਿ ਮੈਂ ਫਾਈਨੈਂਸ ਨੂੰ ਜਾਂ ਫਿਟਨੈਸ ਦਾ ਮੈਂ ਸੋਚ ਲਿਆ ਕਿ ਜੀ ਮੈਂ ਇੰਨਾ ਮੇਰਾ ਭਾਰ ਹੈ ਮੈਂ ਘਟਾਉਣਾ, ਜਾਂ ਮੈਂ ਵਧਾਉਣਾ, ਜਾਂ ਮੈਂ ਸੈਰ ਕਰਨੀ ਹੈ। ਉਹ ਹੁੰਦਾ ਤਾਂ ਹੈ, ਲੇਕਿਨ ਕੁਝ ਦਿਨ ਲਈ ਚੱਲਦਾ, ਬਟ ਇੰਨੀ ਇੰਸਪੀਰੇਸ਼ਨ ਹੁੰਦੀ ਨਹੀਂ ਕਿ ਉਹ ਕੰਟੀਨਿਊਸ ਰਹਿ ਸਕੇ। ਸੋ ਹਾਊ ਟੂ ਮੇਕ ਯੋਰ ਗੋਲਸ ਇਨ ਟੂ ਅ ਪਰਮਨੈਂਟ ਕਾਇੰਡ ਆਫ ਪਰਮਨੈਂਟ ਡਿਸੀਜਨ ਫੋਰ ਯੋਰ ਸੈਲਫ ਕਿ ਤੁਸੀਂ ਉਸਨੂੰ ਕੰਟੀਨਿਊ ਰੱਖ ਸਕੋ, ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਓਕੇ। For close to 50 years, Simpson Thomas has had the privilege of serving members of the Indo-Canadian community, the victims of car accidents. Order of Canada ਦੇ ਨਾਲ ਸਨਮਾਨਿਤ ਬਰਨੀ ਸਿੰਪਸਨ ਦੇ ਤਜਰਬੇ ਦਾ ਫਾਇਦਾ ਲੈ ਕੇ ਗੱਡੀਆਂ ਦੇ ਐਕਸੀਡੈਂਟਸ ਦੇ ਪੀੜਤ ਲੋਅਰ ਮੇਨਲੈਂਡ ਵਿੱਚ ਤਸੱਲੀ ਬਖਸ਼ ਸਲਾਹ ਤੇ ਸੇਵਾਵਾਂ ਲੈ ਸਕਦੇ ਹਨ। ਇਹਨਾਂ ਦਾ ਮਕਸਦ ਤੁਹਾਡੀ ਪਰਸਨਲ ਇੰਜਰੀ ਲਈ ICBC ਤੋਂ ਵੱਧ ਤੋਂ ਵੱਧ ਮੁਆਵਜ਼ਾ ਲੈ ਕੇ ਦੇਣ ਦਾ ਹੈ। ਅੱਜ ਹੀ ਫੋਨ ਕਰੋ 604-689-8888. Soon the ICBC will be implementing legislation which will severely affect your rights to get a just settlement. We'll be there for you. ਮਾਈਂਡ ਪਾਰ ਦੇ ਐਕਸਪਰਟ ਨਵਤੇਜ ਖੇਲਾ ਸਾਡੇ ਨਾਲ ਸਾਂਝ ਪਾ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਵੀ ਆਪਣੇ ਜੀਵਨ ਵਿੱਚ ਜੋ ਕੁਝ ਅਚੀਵ ਕਰਨਾ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ। ਇਸ ਵਾਸਤੇ ਇਹਨਾਂ ਨੇ ਬ੍ਰੇਕ ਤੋਂ ਪਹਿਲਾਂ ਜੋ ਗੱਲ ਕਹੀ ਕਿ ਸਭ ਤੋਂ ਵੱਡੀ ਗੱਲ ਹੈ ਤਾਂ ਕਿ ਆਪਣੇ ਬੈਲੈਂਸਡ ਗੋਲਸ ਇਸਟੈਬਲਿਸ਼ ਕਰਨੇ ਕਿ ਪਤਾ ਹੋਵੇ, ਪਰ ਗੋਲਸ ਨੂੰ ਲਿਖਣਾ ਕਿਉਂ ਜ਼ਰੂਰੀ ਹੈ ਮੈਂ ਪੁੱਛ ਰਿਹਾ ਸੀ ਬ੍ਰੇਕ ਤੋਂ ਪਹਿਲਾਂ, ਔਰ ਉਸਦਾ ਜਵਾਬ ਲੈਂਦੇ ਜੀ ਨਵਤੇਜ ਜੀ। ਹਾਂਜੀ, ਬਿਫੋਰ ਵੀ ਗੋ ਕਿ ਅਸੀਂ ਗੋਲ ਲਿਖਣੇ ਹੈਗੇ ਆ, ਮੈਂ ਕੁਛ ਹੋਰ ਮਾਈਂਡ ਪਾਵਰ ਬਾਰੇ ਦੱਸਣਾ ਚਾਹੁੰਦਾ ਹੈਗਾ। ਐਕਚੁਅਲੀ ਪਹਿਲੇ ਸਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਇਸ ਕੰਸੈਪਟ ਬਾਰੇ ਕਿ ਮਾਈਂਡ ਹੈ ਕੀ ਚੀਜ਼ ਹੈ। ਠੀਕ। ਸੋ ਮਾਈਂਡ ਦੀ ਮੈਂ ਸਿੰਪਲ ਜੀ ਪਰਿਭਾਸ਼ਾ ਦਿੰਦਾ ਕਿ ਮਨ ਇੱਕ ਸਾਡੇ ਦੇ ਵਿੱਚ ਊਰਜਾ ਦਾ ਇੱਕ ਕੇਂਦਰ ਹੈਗਾ। ਇਟਸ ਐਨਰਜੀ। ਰਾਈਟ ਰਾਈਟ ਜਿਵੇਂ ਇਸ ਰੂਮ ਦੇ ਵਿੱਚ ਅਲੱਗ ਅਲੱਗ ਲਾਈਟ ਲੱਗੀਆਂ ਆ,
ਇਹਨਾਂ ਦੀ ਦੀਵਾਰਾਂ ਦੇ ਵਿੱਚ ਜਿਹੜੀਆਂ ਵਾਇਰਸ ਆ ਉਹਦੇ ਵਿੱਚੋਂ ਇੱਕ ਐਨਰਜੀ ਜਾ ਰਹੀ ਆ, ਉਹ ਦਿਖਦੀ ਨਹੀਂ ਹੈ ਬਟ ਉਹ ਹੈਗੀ ਆ, ਵੀ ਨੋ ਇਟ। ਸੇਮ ਵੇ ਮਾਇੰਡ ਇੱਕ ਸੋਰਸ ਆਫ ਐਂਡ ਸੈਂਟਰ ਆਫ ਐਨਰਜੀ ਆ ਸਾਡੀ ਬੋਡੀ ਦੇ ਵਿੱਚ। ਫਿਰ ਲੋਕ ਕਨਫਿਊਜ਼ ਹੁੰਦੇ ਆ ਕਿ ਬ੍ਰੇਨ ਜਿਹੜਾ ਉਹਨੂੰ ਮਾਇੰਡ ਨਾਲ ਕਨਫਿਊਜ਼ ਕਰਦੇ ਆ, ਸੋਚਦੇ ਆ ਕਿ ਸ਼ਾਇਦ ਬ੍ਰੇਨ ਹੀ ਮਾਇੰਡ ਹੈਗਾ ਆ। ਸੋ ਉੱਥੇ ਇਹ ਮੈਨੂੰ ਕਲੀਅਰ ਕਰਨਾ ਜ਼ਰੂਰੀ ਹੁੰਦਾ ਕਿ ਮਾਇੰਡ ਦੋ ਤਰ੍ਹਾਂ ਦੇ ਹੁੰਦੇ ਹੈਗੇ ਆ, ਇੱਕ ਹੁੰਦਾ ਕੌਂਸ਼ੀਅਸ ਮਾਇੰਡ, ਇੱਕ ਹੁੰਦਾ ਸਬਕੌਂਸ਼ੀਅਸ ਮਾਇੰਡ। ਪੰਜਾਬੀ 'ਚ ਉਹਨਾਂ ਨੂੰ ਕਹਿੰਦੇ ਚੇਤਨ ਮਨ ਅਤੇ ਅਵਚੇਤਨ ਮਨ। ਅਤੇ ਜੇ ਇਹਨਾਂ ਦੋਨਾਂ ਨੂੰ ਕਲੀਅਰਲੀ ਅੰਡਰਸਟੈਂਡ ਕਰਨਾ ਹੋਵੇ ਤਾਂ ਮੈਂ ਦਿਨ ਚਾਰ ਇਹਨਾਂ ਨੂੰ ਡਿਸਟਿੰਗੁਇਸ਼ ਕਰਨ ਲਈ ਦੱਸਦਾ ਕਿ ਫਰਕ ਕੀ ਹੈਗੇ ਨੇ। ਜਿਹੜਾ ਕੌਂਸ਼ੀਅਸ ਮਾਇੰਡ ਹੈਗਾ ਆ ਜੀ, ਉਹਦੀਆਂ ਸਿਰਫ 10% ਤਾਕਤਾਂ ਹੈਗੀਆਂ ਜੀ ਜੀ। 90% ਜਿਹੜੀਆਂ ਤਾਕਤ ਹੈਗੀ ਆ, 90% ਜਿਹੜੀ ਪਾਵਰ ਆ, ਉਹ ਸਾਡੇ ਸਬਕੌਂਸ਼ੀਅਸ ਮਾਇੰਡ ਦੀ ਹੈਗੀ ਆ। ਅਤੇ ਜਿਹੜਾ ਕੌਂਸ਼ੀਅਸ ਮਾਇੰਡ ਆ ਉਹ ਸਿਰਫ ਉਸ ਵੇਲੇ ਕੰਮ ਕਰਦਾ ਜਦੋਂ ਅਸੀਂ ਜਾਗਦੇ ਹੁੰਦੇ ਹਾਂ, ਠੀਕ। ਅਤੇ ਜਿਹੜਾ ਸਬਕੌਂਸ਼ੀਅਸ ਮਾਇੰਡ ਆ ਉਹ 24 ਘੰਟੇ ਸਾਰੀ ਉਮਰ ਸਾਡੇ ਕੰਮ ਕਰਦਾ ਰਹਿੰਦਾ ਹੈਗਾ ਜੀ। ਸੋ ਹੁਣ ਜਿਵੇਂ ਪਾਵਰ ਦੀ ਗੱਲ ਕਰ ਰਹੇ ਸੀਗੇ ਆਪਾਂ, ਅਤੇ ਜਿਹੜਾ ਕੌਂਸ਼ੀਅਸ ਮਾਇੰਡ ਦਾ ਡੋਮੇਨ ਹੈਗਾ ਆ, ਉਹਦਾ ਕੰਮ ਇਹ ਹੈਗਾ ਕਿ ਇਹਨੇ ਗੋਲ ਨੂੰ ਡਿਸਾਈਡ ਕਰਨਾ ਹੈ, ਇਹਨੇ ਤੈਅ ਕਰਨਾ, ਪਰ ਸਬਕੌਂਸ਼ੀਅਸ ਮਾਇੰਡ ਨੇ ਉਹਨੂੰ ਅਚੀਵ ਕਰਨਾ। ਰਾਈਟ। ਸੋ ਹੈਲਪ ਉਹਨੇ ਕਰਨੀ ਹੈਗੀ ਆ। ਹੁਣ ਇੱਕ ਸਟੈਪ ਗਾਂ ਜਾਂਦੇ, ਜਿਵੇਂ ਤੁਸੀਂ ਲਿਖਣ ਦੀ ਗੋਲ ਦੀ ਗੱਲ ਕੀਤੀ ਹੈਗੀ ਆ, ਜਿਹੜਾ ਸਬਕੌਂਸ਼ੀਅਸ ਮਾਇੰਡ ਆ, ਹੁਣ ਕੌਂਸ਼ੀਅਸ ਮਾਇੰਡ ਨੇ ਗੋਲ 'ਤੇ ਡਿਸਾਈਡ ਕਰ ਲਏ ਕਿ ਇਹ ਇਹ ਮੈਨੂੰ ਚਾਹੀਦਾ ਹੈਗਾ ਜੀ, ਪਰ ਹੁਣ ਉਹ ਸਬਕੌਂਸ਼ੀਅਸ ਮਾਇੰਡ ਤੱਕ ਪਹੁੰਚਾਉਣੇ ਜ਼ਰੂਰੀ ਆ, ਠੀਕ, ਮੈਸੇਜ ਨੂੰ ਕਨਵੇ ਕਰਨਾ ਜ਼ਰੂਰੀ ਉਹਦੇ ਤੱਕ। ਸੋ ਉਹਦੇ ਲਈ ਸਾਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਪੈਂਦੀ, ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹ ਦਿਖਾਉਂਦਾ ਹੈਗਾ ਕਿ ਜਿਹੜਾ ਸਬਕੌਂਸ਼ੀਅਸ ਮਾਇੰਡ ਆ ਉਹ ਤਸਵੀਰਾਂ ਦੀ ਭਾਸ਼ਾ ਸਮਝਦਾ ਹੈ, ਠੀਕ ਹੈ, ਕਿਉਂਕਿ ਸਾਡੇ ਇੱਥੇ ਜਦੋਂ ਅਸੀਂ ਜ਼ੁਬਾਨ 'ਚੋਂ ਕੋਈ ਸ਼ਬਦ ਬੋਲਦੇ ਹਾਂ ਉਹਦੀ ਵੀ ਤਸਵੀਰ ਬਣ ਜਾਂਦੀ ਹੈ ਜੀ। ਜਿਵੇਂ ਮੈਂ ਬੋਲਿਆ ਚਿੱਟਾ ਹਾਥੀ, ਤੁਹਾਡੀਆਂ ਅੱਖਾਂ ਦੇ ਪਰਦੇ 'ਤੇ ਸਾਡੇ ਇੱਕਦਮ ਵਾਈਟ ਹਾਥੀ ਸਾਨੂੰ ਨਜ਼ਰ ਆ ਗਿਆ। ਰਾਈਟ। ਸੋ ਅਸੀਂ ਲਿਖਦੇ ਇਸ ਕਰਕੇ ਹੈਗੇ ਹਾਂ ਕਿ ਸ਼ਬਦ ਵੀ ਤਸਵੀਰ ਬਣ ਜਾਂਦੇ ਆ, ਕਿ ਮੈਨੂੰ ਇੰਨੇ ਮਨੀ ਚਾਹੀਦੀ ਹੈ, ਇਹ ਘਰ ਚਾਹੀਦਾ, ਇਹ ਕਾਰ ਚਾਹੀਦੀ ਹੈ। ਸੈਕਿੰਡਲੀ, ਸਬਕੌਂਸ਼ੀਅਸ ਮਾਇੰਡ ਤਸਵੀਰਾਂ ਦੀ ਭਾਸ਼ਾ ਸਮਝਦਾ, ਇਹਨੂੰ ਤਸਵੀਰਾਂ ਦਿਖਾਉਣੀਆਂ ਜ਼ਰੂਰੀ ਹੈਗੀਆਂ। ਓਕੇ। ਸੋ ਮੇਰੀ ਗੋਲ ਸੈਟਿੰਗ ਜਾਂ ਮੇਰੀ ਟ੍ਰੇਨਿੰਗ ਦਾ ਨੈਕਸਟ ਪਾਰਟ ਇਹ ਹੁੰਦਾ ਹੈ ਕਿ ਤੁਸੀਂ ਨੋਟ ਜਸਟ ਗੋਲ ਲਿਖੋ, ਇੱਕ ਵਿਜ਼ਨ ਬੋਰਡ ਤਿਆਰ ਕਰੋ। ਠੀਕ ਹੈ। ਜਿਵੇਂ ਤੁਸੀਂ 10 ਸੀਕ੍ਰੇਟ ਮੂਵੀ ਦੇ ਵਿੱਚ ਵੀ ਦੇਖਿਆ, ਉਹਦੇ ਵਿੱਚ ਤਸਵੀਰਾਂ ਲਗਾਓ ਜੀ, ਉਹਦੇ ਵਿੱਚ ਕੱਟ ਕੇ ਮੈਗਜ਼ੀਨਾਂ 'ਚੋਂ ਜਾਂ ਜਿੱਥੋਂ ਵੀ ਤੁਹਾਨੂੰ ਮਿਲਦੀਆਂ ਹੈਗੀਆਂ, ਜਿਹੜੀਆਂ ਤੁਹਾਨੂੰ ਇੰਸਪਾਇਰ ਕਰਦੀਆਂ, ਜਿਸ ਜਿਹੜਾ ਤੁਹਾਡੇ ਲਾਈਫ ਦਾ ਦਾਇਰਾ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ, ਉਹ ਅਸੀਂ ਤਸਵੀਰਾਂ ਵਿਜ਼ਨ ਬੋਰਡ ਦੇ ਵਿੱਚ ਆਪਣੀ ਲਗਾ ਦੇਣੀਆਂ ਜੀ, ਤਾਂ ਕਿ ਸਾਡੇ ਸਬਕੌਂਸ਼ੀਅਸ ਮਾਇੰਡ ਨੂੰ ਉਹ ਮੈਸੇਜ ਜਾਣਾ ਸ਼ੁਰੂ ਹੋ ਜਾਵੇ। ਓਕੇ। ਸੋ ਇਸ ਤਰ੍ਹਾਂ ਗ੍ਰੈਜੂਅਲੀ ਜਿਹੜਾ ਸਬਕੌਂਸ਼ੀਅਸ ਮਾਇੰਡ ਹੈ ਸਾਡਾ, ਉਹ ਓਵਰ ਅ ਪੀਰੀਅਡ ਉਹ ਮੈਸੇਜ ਨੂੰ ਲੈਣਾ ਸ਼ੁਰੂ ਕਰ ਦਿੰਦਾ, ਅਤੇ ਉਹ ਚੀਜ਼ਾਂ ਮੈਨੀਫੈਸਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਮੈਨੀਫੈਸਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ, ਆਫਕੋਰਸ ਅੱਜ ਇਸ ਫਾਸਟ ਪੇਸ ਲਾਈਫ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਹਰ ਚੀਜ਼ ਨੂੰ ਇੰਸਟੈਂਟ ਚਾਹੁੰਦੇ ਕਿ ਛੇਤੀ ਹੋਵੇ। ਹਾਂਜੀ। ਮੈਂ ਕੁਝ ਸੋਚਿਆ ਅਤੇ ਉਹ ਮੁਕੰਮਲ ਹੋ ਜਾਏ। ਹਾਂਜੀ। ਤੁਸੀਂ ਜਿਹੜਾ ਇਹ ਗੱਲ ਕਹੀ ਕਿ ਵਿਜ਼ਨ ਬੋਰਡ ਦਾ ਇੱਕ ਜ਼ਿਕਰ ਕੀਤਾ ਕਿ ਪਿਕਚਰਸ ਰਾਹੀਂ ਸਾਡਾ ਸਬਕੌਂਸ਼ੀਅਸ ਮਾਇੰਡ ਜੋ ਹੈ ਉਹ ਸਮਝਦਾ ਹੈ ਕਿ ਸਾਨੂੰ ਕੀ ਚਾਹੀਦਾ ਹੈਗਾ। ਉਹਦੇ ਲੈਟਸ ਟੇਕ ਐਨ ਐਗਜ਼ਾਮਪਲ, ਕੋਈ ਲੈ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਮਿਸਾਲ ਦੇ ਤੌਰ 'ਤੇ ਫਿਟਨੈਸ ਦਾ ਕੋਈ ਗੋਲ ਲੈ ਲੈਂਦੇ ਹਾਂ ਆਪਣਾ, ਕਿ ਜੀ ਮੈਂ ਕਹਿੰਦਾ ਮੈਂ ਮੋਟਾ ਹੈਗਾ ਅਤੇ ਮੈਂ ਪਤਲਾ ਹੋਣਾ ਹੈਗਾ। ਹੁਣ ਇਹ ਮੈਂ ਸੋਚ ਲਿਆ, ਮੈਂ ਇੱਕ ਪਤਲੇ ਬੰਦੇ ਦੀ ਤਸਵੀਰ ਲਾ ਲਈ, ਹੁਣ ਕੀ ਉਸ ਨਾਲ ਮੇਰਾ ਉਹ ਗੋਲ ਮੈਨੀਫੈਸਟ ਹੋ ਜਾਏਗਾ? ਦੇਖੋ ਜੀ, ਗੋਲ ਸਿਰਫ ਤੈਅ ਕਰਨਾ ਜਾਂ ਤਸਵੀਰ ਲਾਉਣ ਨਾਲ ਹੀ ਤੈਅ ਹੋਣੇ ਹੈਗੇ ਮਿਲਣੇ ਹੈਗੇ ਸਾਨੂੰ, ਸਾਨੂੰ ਐਕਸ਼ਨ ਵੀ ਲੈਣਾ ਪੈਣਾ। ਠੀਕ ਹੈ। ਸੋ ਜਦੋਂ ਅਸੀਂ ਗੋਲ ਲਿਖਦੇ ਹਾਂ ਤਾਂ ਉਹਦੇ ਨਾਲ ਇੱਕ ਪਲਾਨ ਵੀ ਲਿਖਦੇ ਹਾਂ ਆਲਵੇਜ਼। ਰਾਈਟ। ਐਵਰੀ ਗੋਲ ਇਜ਼ ਫੋਲੋਡ ਬਾਏ ਅ ਪਲਾਨ। ਰਾਈਟ। ਜੇ ਹੁਣ ਜਿਮ 'ਚ ਜਾ ਕੇ ਵੇਟ ਘਟਾਉਣ ਦਾ ਗੋਲ ਆ ਜੀ, ਪਰ ਪਲਾਨ ਦੇ ਵਿੱਚ ਇਹ ਹੈਗਾ ਕਿ ਮੈਂ ਵੀਕ ਦੇ ਵਿੱਚ 5 ਦਿਨ ਜਿਮ ਜਾਣਾ ਹੈ ਜਾਂ 4 ਦਿਨ ਜਾਣਾ, ਤਾਂ ਤਦ ਹੀ ਰਿਜ਼ਲਟ ਮਿਲਣੇ ਹੈਗੇ ਆ। ਰਾਈਟ। ਸਿਰਫ ਲਿਖਣ ਨਾਲ ਜਾਂ ਪਿਕਚਰ ਲਾਉਣ ਨਾਲ ਰਿਜ਼ਲਟ ਨਹੀਂ ਮਿਲਣੇ। ਸੇਮ ਵੇ ਅਗਰ ਮੇਰਾ ਕੋਈ ਬਿਜ਼ਨਸ ਹੈਗਾ, ਲੈਟ ਸੇ ਮੈਂ ਰੀਅਲ ਸਟੇਟ ਬਿਜ਼ਨਸ 'ਚ ਆ, ਮੈਂ ਗੋਲ ਰੱਖ ਲਿਆ ਕਿ ਮੈਂ 2.5 ਲੱਖ ਬਣਾਉਣਾ ਇਸ ਸਾਲ ਜਾਂ 3 ਲੱਖ ਬਣਾਉਣਾ, ਲਿਖ ਕੇ ਛੱਡ ਦਿੱਤਾ। ਅਗਰ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ, ਕਿਸੇ ਕਲਾਇੰਟ ਨਾਲ ਮੀਟਿੰਗ ਨਹੀਂ ਕੀਤੀ, ਕੋਈ ਓਪਨ ਹਾਊਸ ਨਹੀਂ ਲਾਇਆ, ਤਾਂ ਹਾਓ ਆਈ ਐਮ ਗੋਇੰ ਟੂ ਅਚੀਵ ਇਟ? ਐਬਸੋਲੂਟ। ਸੋ ਐਕਸ਼ਨ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਰਾਈਟ। ਪਰ ਮੇਰੀ ਇਸ ਟ੍ਰੇਨਿੰਗ ਦਾ ਜਾਂ ਮੇਰੇ ਇਸ ਪਲਾਨ ਦਾ ਇਹ ਹਿੱਸਾ ਹੈਗਾ ਹੈ ਕਿ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਫੈਕਟ ਦੱਸਦਾ ਹੈਗਾ। ਤੁਸੀਂ ਪਹਿਲਾਂ ਗੋਲ ਲਿਖਣ ਦੀ ਗੱਲ ਕੀਤੀ ਆ, 97% ਆਫ ਦ ਪਾਪੂਲੇਸ਼ਨ ਦੇ ਡੋਂਟ ਈਵਨ ਰਾਈਟ ਦੇਅਰ ਗੋਲਸ। ਰਾਈਟ। ਓਨਲੀ 2-3% ਪਾਪੂਲੇਸ਼ਨ ਹੈਗੀ ਆ ਜਿਹੜੇ ਆਪਣੇ ਗੋਲ ਪੇਪਰ ਦੇ ਉੱਤੇ ਲਿਖਦੇ ਨੇ। ਉਹਨਾਂ ਨੂੰ ਪੁੱਛੋ ਤੁਹਾਡਾ ਗੋਲ ਕੀ ਹੈ, ਸਾਲ ਸਾਨੂੰ ਪਤਾ ਜੀ ਸਾਡੇ ਮਾਇੰਡ 'ਚ ਹੈਗਾ, ਇਟਸ ਨੋਟ ਗੋਨ ਵਰਕ। ਤੁਸੀਂ ਦੇਖੋ ਕਿ ਕਿਸੇ ਵੀ ਬਿਗੈਸਟ ਕੰਪਨੀਜ਼, ਬਿਗੈਸਟ ਕਾਰਪੋਰੇਟਸ ਦੇ ਜਿਹੜੇ CEOs ਨੇ, ਉਹਨਾਂ ਦੇ ਆਲਵੇਜ਼ ਮੋਰੇ ਰਾਈਟਿੰਗ ਪੈਡ ਪਿਆ, ਇਨ ਦੇ ਰਾਈਟਿੰਗ ਆਲਵੇਜ਼। ਕਿਸੇ ਇੰਸ਼ੋਰੈਂਸ ਕੰਪਨੀ, ਕਿਸੇ ਵੱਡੀ ਕੰਪਨੀ ਦੇ ਵੱਡੇ ਵੱਡੇ ਬੋਰਡ ਲੱਗੇ ਨੇ, ਉਹਨਾਂ ਦੇ ਗੋਲ ਉੱਥੇ ਲਿਖੇ ਹੈਗੇ, ਮਿਸ਼ਨ ਸਟੇਟਮੈਂਟ ਦੇ ਗੋਲ ਲਿਖੇ ਹੁੰਦੇ ਆ। ਸੋ ਗੋਲ ਦਾ ਲਿਖਿਆ ਹੋਣਾ ਫਸਟ ਸਟੈਪ ਬਹੁਤ ਜ਼ਰੂਰੀ ਆ। ਮੈਂ ਬਾਰ ਬਾਰ ਇਸੇ ਗੱਲ 'ਤੇ ਸਟ੍ਰੈਸ ਕਰਦਾ ਕਿ ਅਗਰ ਤੁਸੀਂ ਪਹਿਲਾ ਪੁਆਇੰਟ ਇਹ ਕਰ ਲੈਂਦੇ ਹੋ, ਬੱਚਿਆਂ ਨੂੰ ਮੈਂ ਇਹ ਦੱਸਦਾ ਕਿ ਬੇਟਾ ਜਿੰਨੇ ਗ੍ਰੇਡ ਚਾਹੀਦੇ, ਜਿਸ ਸਬਜੈਕਟ 'ਤੇ ਫੋਕਸ ਕਰਨਾ, ਅਗਰ ਉਹ ਗ੍ਰੇਡ 'ਚ
ਉਹ ਲਿਖ ਲਓ ਇੱਕ ਪੇਪਰ ਦੇ ਉੱਤੇ, ਇੱਕ ਡਾਇਰੀ 'ਚ ਲਿਖ ਲਓ, ਆਪਣੀ ਜਿਹੜੀ ਸਕੈਜੂਲ ਬੁੱਕ ਹੈ ਉਹ 'ਚ ਲਿਖ ਲਓ। ਰਾਈਟ, ਸੋ ਲਿਖਣਾ ਵੈਰੀ ਵੈਰੀ ਇੰਪੋਰਟੈਂਟ। ਤੁਸੀਂ ਪਾਵਰ ਆਫ ਰਿਟਨ ਗੋਲਸ ਦਾ ਮੈਜਿਕ ਦੇਖਣਾ ਸ਼ੁਰੂ ਕਰ ਦੋਗੇ। ਮੈਂ ਉਹਨੂੰ ਕਹਿੰਦਾ ਉਹਨੂੰ ਪਾਵਰ ਆਫ ਰਿਟਨ ਗੋਲਸ, ਕਿ ਇੱਕ ਵਾਰੀ ਲਿਖ ਕੇ ਦੇਖੋ ਗੋਲ ਆਪਣੀ ਲਾਈਫ ਦੇ। ਰਾਈਟ, ਅਤੇ ਨੈਕਸਟ ਸਟੈਪ ਜਿਹੜਾ ਹੈਗਾ, ਉਹਨਾਂ ਨੂੰ ਵਿਜ਼ਨ ਬੋਰਡ 'ਚ ਕ੍ਰੀਏਟ ਕਰ ਲਓ। ਠੀਕ ਹੈ, ਅਤੇ ਉਸ ਤੋਂ ਬਾਅਦ ਇੱਕ ਹੋਰ ਟੈਕਨੀਕ ਹੈ ਕਿ ਜਿਹੜੀ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਨਾ ਹੈ। ਸਮਾਂ ਹੈ ਜੀ ਬ੍ਰੇਕ ਦਾ, ਬ੍ਰੇਕ ਲੈਂਦੇ, ਅਤੇ ਜਿਹੜੀ ਇੱਕ ਹੋਰ ਟੈਕਨੀਕ ਹੈ ਜਿਹਦੇ ਰਾਹੀਂ ਅਸੀਂ ਆਪਣੇ ਗੋਲਸ ਨੂੰ ਅਚੀਵ ਕਰ ਸਕਦੇ ਹਾਂ, ਜੋ ਵੀ ਅਸੀਂ ਫੁਲਫਿਲ ਕਰਨਾ ਚਾਹੁੰਦੇ ਹਾਂ, ਆਪਣੀ ਡਿਜ਼ਾਇਰ ਨੂੰ ਉਸਨੂੰ ਪੂਰਾ ਕਰ ਸਕਦੇ ਹਾਂ, ਇਸ ਬਾਰੇ ਜਾਣਕਾਰੀ ਲੈਂਦੇ। ਬਿਊਟੀਫੁਲ, ਘਰ ਵੇਚਣ ਜਾਂ ਖਰੀਦਣ ਦੀ ਸੋਚ ਰਹੇ ਹੋ ਤਾਂ ਯਾਦ ਰੱਖੋ ਇੱਕੋ ਹੀ ਨਾਮ, ਸੈਂਚਰੀ 21 ਦੇ ਸਮੀਰ ਕੌਸ਼ਲ ਤੁਹਾਨੂੰ ਸਹੀ ਸਲਾਹ ਦਿੰਦੇ ਹਨ। ਲੰਮੇ ਸਮੇਂ ਦਾ ਤਜਰਬਾ ਰੱਖਣ ਵਾਲੇ ਇਮਾਨਦਾਰ ਅਤੇ ਮਿਹਨਤੀ ਰਿਐਲਟਰ ਵਜੋਂ ਸਮੀਰ ਕੌਸ਼ਲ ਦੀ ਪਹਿਚਾਣ ਕਮਿਊਨਿਟੀ ਵਿੱਚ ਹੁੰਦੀ ਹੈ। ਕੌਂਡੋਜ਼, ਟਾਊਨ ਹਾਊਸ, ਘਰ, ਇਨਵੈਸਟਮੈਂਟ ਪ੍ਰਾਪਰਟੀ ਜਾਂ ਕਮਰਸ਼ੀਅਲ ਪ੍ਰਾਪਰਟੀ ਤੁਹਾਨੂੰ ਲੈ ਕੇ ਦੇ ਸਕਦੇ ਹਨ। ਫ੍ਰੀ ਮਾਰਕੀਟ ਵੈਲਿਊਏਸ਼ਨ ਲਈ ਅੱਜ ਹੀ ਸੰਪਰਕ ਕਰੋ ਸਮੀਰ ਕੌਸ਼ਲ 604-897-9575 604-897-9575। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਨਵਤੇਜ ਖੇਲਾ ਜਿਹੜੇ ਕਿ ਮਾਇੰਡ ਪਾਵਰ ਦੀ ਗੱਲ ਕਰ ਰਹੇ ਨੇ ਸਾਡੇ ਨਾਲ, ਉਹ ਦੱਸ ਰਹੇ ਨੇ ਕਿ ਕਿਉਂ ਜ਼ਰੂਰੀ ਹੈ ਕਿ ਆਪਣੇ ਗੋਲਸ ਨੂੰ ਰਾਈਟ ਕੀਤਾ ਜਾਏ, ਉਸ ਤੋਂ ਬਾਅਦ ਉਹਨਾਂ ਦੀ ਪਿਕਚਰ ਜਿਹੜੀਆਂ ਇੱਕ ਵਿਜ਼ਨ ਬੋਰਡ 'ਤੇ ਲਾਈਆਂ ਜਾਣ। ਪਰ ਨਾਲ ਹੀ ਜਿਸ ਤਰ੍ਹਾਂ ਮੈਂ ਪੁੱਛਿਆ ਸੀ ਕਿ ਸਿਰਫ ਕੀ ਇਸ ਨਾਲ ਕਰਨ ਨਾਲ ਸਾਨੂੰ ਗੋਲ ਸਾਡਾ ਅਚੀਵ ਹੋ ਜਾਏਗਾ, ਇਹਨਾਂ ਨੇ ਕਿਹਾ ਨਹੀਂ, ਉਸ ਵਾਸਤੇ ਨਾਲ ਐਕਸ਼ਨ ਪਲਾਨ ਜੋ ਹੈ ਉਹ ਵੀ ਜ਼ਰੂਰੀ ਹੈ। ਪਰ ਨਾਲ ਹੀ ਇਹ ਵੀ ਗੱਲ ਹੈ ਕਿ ਰਿਟਨ ਗੋਲਸ ਜਿਹੜੇ ਨੇ ਬਹੁਤ ਘੱਟ ਲੋਕ ਜਿਹੜੇ ਨੇ ਉਹ ਲਿਖਦੇ ਨੇ, 2-3% ਲੋਕ ਜਿਹੜੇ ਨੇ ਸਿਰਫ ਲਿਖਦੇ ਨੇ। ਜਿਹੜੇ ਲੋਕ ਇਸ ਦਾ ਮਤਲਬ ਨਹੀਂ ਲਿਖਦੇ, ਕੀ ਉਹ ਕਾਮਯਾਬ ਨਹੀਂ ਹੁੰਦੇ? ਕੀ ਰਿਟਨ ਗੋਲਸ ਨਾਲ ਤੁਹਾਡੇ ਮਾਇੰਡ ਨੂੰ ਕੋਈ ਇੱਕ ਸਪੈਸੀਫਿਕ ਟਾਰਗੇਟ ਮਿਲ ਜਾਂਦਾ ਹੈ, ਜਿਹੜਾ ਕਿ ਸਬਕੌਨਸ਼ੀਅਸ ਮਾਇੰਡ ਜਿਹੜਾ ਹੈਗਾ ਉਹ ਉਸਨੂੰ ਫੋਕਸ ਕਰਕੇ ਨਾਲ ਪਿੱਛੇ ਕੰਮ ਕਰਦਾ ਰਹਿੰਦਾ? ਔਰ ਇਸ ਬਾਰੇ ਵੀ ਕੁਛ ਜਾਣਕਾਰੀ ਲੈਣੇ ਜੀ। ਨਵਤੇਜ ਜੀ, ਸੋ ਮੇਰਾ ਸਵਾਲ ਜਿਹੜਾ ਹੈਗਾ ਕਿ ਤੁਸੀਂ ਲਿਖ ਲਿਆ ਤਾਂ ਤੁਹਾਡਾ ਜਿਹੜਾ ਸਬਕੌਨਸ਼ੀਅਸ ਮਾਇੰਡ ਹੈ, ਕੀ ਉਹ ਬਿਹਾਈਂਡ ਦ ਡੋਰ ਜਿਹਨੂੰ ਅਸੀਂ ਕਹਿੰਦੇ, ਉਹ ਆਪਣਾ ਕੰਮ ਕਰੀ ਜਾ ਰਿਹਾ? ਕੀ ਉਹ ਜਿਹੜਾ ਤੁਸੀਂ ਟਾਰਗੇਟ ਸੈੱਟ ਕੀਤਾ ਉਹਦੇ ਉੱਤੇ ਉਹ ਕੁਛ ਨਾ ਕੁਛ ਸਰਕਮਸਟੈਂਸਿਸ ਜਾਂ ਕੋਈ ਨਾ ਕੋਈ ਤੁਹਾਨੂੰ ਰਸਤੇ ਦਿਖਾਈ ਜਾ ਰਹੇ? ਬਿਲਕੁਲ ਜੀ, ਜਦੋਂ ਤੁਸੀਂ ਇਹ ਪਹਿਲੇ 2 ਸਟੈਪ ਕਰ ਲਏ, ਆਪਾਂ ਗੋਲ ਲਿਖ ਲਿਆ ਅਤੇ ਆਪਣਾ ਵਿਜ਼ਨ ਬੋਰਡ ਬਣਾ ਲਿਆ ਹੈਗਾ, ਤੁਸੀਂ ਆਪਣੇ ਸਬਕੌਨਸ਼ੀਅਸ ਮਾਇੰਡ ਨੂੰ ਕਲੀਅਰ ਇੰਸਟਰਕਸ਼ਨ ਦੇ ਦਿੱਤੀ ਹੈ ਜੀ। ਇੱਕ ਬੜੀ ਮਜ਼ੇਦਾਰ ਐਗਜ਼ਾਮਪਲ ਹੈ, ਜਿਹੜੀ ਆਪਾਂ ਸਟੋਰੀ ਸੁਣੀ ਹੈਗੀ ਅਲਾਦੀਨ ਔਰ ਜਿੰਨ ਵਾਲੀ, ਅਤੇ ਅਲਾਦੀਨ ਸਾਡਾ ਕੌਨਸ਼ੀਅਸ ਮਾਇੰਡ ਹੈਗਾ, ਠੀਕ, ਅਤੇ ਜਿਹੜਾ ਸਾਡਾ ਸਬਕੌਨਸ਼ੀਅਸ ਮਾਇੰਡ ਹੈ ਉਹ ਜਿੰਨ ਹੀ ਹੈਗਾ ਆ, ਠੀਕ ਠੀਕ ਆ, ਅਤੇ ਉਹਨੂੰ ਹੁਕਮ ਦੇਈ ਜਾ ਰਿਹਾ ਅਤੇ ਉਹਦੀ ਲਾਈਫ ਦੇ ਵਿੱਚ ਦੇਈ ਜਾ ਰਿਹਾ। ਅਤੇ ਲੋਕ ਅਕਸਰ ਕੰਪਲੇਂਟ ਕਰਦੇ ਆ ਕਿ ਫਿਰ ਜੇ ਇਸ ਇੰਨਾ ਈਜ਼ੀ ਆ ਜਾਂ ਇਸ ਤਰ੍ਹਾਂ ਇੰਨਾ ਸੌਖਾ ਹੈਗਾ ਅਤੇ ਅਸੀਂ ਜੋ ਵੀ ਲਿਖਦੇ ਸਭ ਕੁਛ ਕਿਉਂ ਨਹੀਂ ਮਿਲੀ ਜਾਂਦਾ ਹੈਗਾ? ਉਹਦਾ ਰੀਜ਼ਨ ਹੈਗਾ ਕਿ ਲੋਕ ਲਿਖਦੇ ਕੁਛ ਹੋਰ ਨੇ ਅਤੇ ਜ਼ੁਬਾਨ 'ਤੇ ਬੋਲਦੇ ਕੁਛ ਹੋਰ ਨੇ। ਸੋ ਮੈਂ 3rd ਸਟੈਪ ਇਹ ਆਲਵੇਜ਼ ਕਹਿੰਦਾ ਹੈਗਾ ਕਿ ਜਿਹੜੇ ਆਪਾਂ ਗੋਲ ਲਿਖਦੇ ਹੈਗੇ ਉਹਨਾਂ ਨੂੰ ਵਰਬਲਾਈਜ਼ ਵੀ ਕਰੀਏ, ਉਹਨਾਂ ਨੂੰ ਜ਼ੁਬਾਨ 'ਤੇ ਵੀ ਲਿਆਈਏ। ਓਕੇ, ਰਾਈਟ, ਅਤੇ ਜਦੋਂ ਅਸੀਂ ਆਪਣੇ ਗੋਲ ਪਬਲਿਕ ਕਰ ਦਿੰਦੇ ਹਾਂ, ਜਦੋਂ ਦੱਸਣ ਲੱਗ ਪੈਂਦੇ ਹੈਗੇ ਹਾਂ, ਸ਼ੇਅਰ ਕਰਨ ਲੱਗ ਪੈਂਦੇ ਆਪਣੇ ਦੋਸਤਾਂ ਮਿੱਤਰਾਂ ਨੂੰ ਜੀ, ਸਭ ਤੋਂ ਪਹਿਲਾਂ ਉਹਨਾਂ ਦੇ ਗੋਲ ਕੌਣ ਸੁਣ ਰਿਹਾ ਹੁੰਦਾ? ਉਹ ਆਪ ਹੀ ਸੁਣ ਰਹੇ ਹੁੰਦੇ ਆ। ਠੀਕ, ਜਦੋਂ ਅਸੀਂ ਆਪ ਹੀ ਸੁਣ ਰਹੇ ਹਾਂ ਤਾਂ ਸਾਡਾ ਸਬਕੌਨਸ਼ੀਅਸ ਮਾਇੰਡ ਹੀ ਸੁਣ ਰਿਹਾ ਹੈ ਕਿ ਮੈਂ ਫਲਾਂ ਤਰੀਕ ਨੂੰ ਆਹ ਕੰਮ ਕਰ ਰਿਹਾ, ਮੈਂ ਫਲਾਂ ਤਰੀਕ ਨੂੰ ਇੰਡੀਆ ਜਾ ਰਿਹਾ। ਓਕੇ, ਨੈਕਸਟ ਜਿਹੜੀ ਸਭ ਤੋਂ ਜਿਹੜੀ ਇੱਕ ਸਪੈਸ਼ਲ ਟੈਕਨੀਕ ਹੈਗੀ ਆ ਉਹਦੇ ਬਾਰੇ ਮੈਂ ਜਾਣਨਾ ਪਾਵਾਂਗਾ, ਉਹ ਕੀ ਚੀਜ਼ ਹੈਗੀ ਆ ਕਿ ਜਿਵੇਂ ਸਾਡੇ ਹਾਰਟ ਦੀ ਵਾਈਬ੍ਰੇਸ਼ਨ ਹੁੰਦੀ ਆ ਅਤੇ ਉਹ ਅਸੀਂ ਇੱਕ ECG ਨਾਂ ਦੀ ਮਸ਼ੀਨ ਨਾਲ ਅਸੀਂ ਰਿਕਾਰਡ ਕਰ ਸਕਦੇ ਹੈਗੇ ਹਾਂ, ਇਸੇ ਤਰੀਕੇ ਸਾਡੇ ਜਿਹੜੇ ਬ੍ਰੇਨ ਆ ਉਹਦੇ ਵਿੱਚੋਂ ਵੀ ਵੇਵਸ ਨਿਕਲਦੇ ਹੈਗੇ ਆ, ਅਤੇ ਉਹ ਵੀ ਇੱਕ EEG ਕਰਕੇ ਮਸ਼ੀਨ ਆਉਂਦੀ ਹੈਗੀ ਆ, ਡਾਕਟਰਸ ਬ੍ਰੇਨ ਦੇ ਵੇਵਸ ਵੀ ਮੈਜਰ ਕਰ ਸਕਦੇ ਹੈਗੇ ਆ। ਸੋ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੇ ਸੈਮੀਨਾਰ ਦੇ ਵਿੱਚ ਇਸ ਚੀਜ਼ ਦੀ ਟ੍ਰੇਨਿੰਗ ਦਿੰਦਾ ਹਾਂ ਕਿ ਅਸੀਂ ਬ੍ਰੇਨ ਦੇ ਵਿੱਚ ਜਿਹੜੀ ਇਹਦਾ ਫ੍ਰੀਕੁਐਂਸੀ ਲੈਵਲ ਹੈਗਾ ਆ, ਜਦੋਂ ਅਸੀਂ ਕੌਨਸ਼ੀਅਸ ਹੁੰਦੇ ਹਾਂ ਉਹ ਬਹੁਤ ਹਾਈ ਹੁੰਦਾ ਹੈਗਾ, ਜਦੋਂ ਅਸੀਂ ਇਸ ਟਾਈਮ ਗੱਲਾਂ ਕਰਦੇ ਜਾਂ ਕੋਈ ਵੀ ਐਕਟੀਵਿਟੀ ਕਰ ਰਹੇ ਹੈਗੇ ਜੀ। ਸੋ ਅਸੀਂ ਬ੍ਰੇਨ ਦੇ ਜਿਹੜੀ ਫ੍ਰੀਕੁਐਂਸੀ ਲੈਵਲ ਹੈਗਾ ਆ ਉਹਨੂੰ ਇੰਗਲਿਸ਼ ਦੇ ਵਿੱਚ ਅਲਫਾ ਲੈਵਲ ਬੋਲਦੇ ਹੈਗੇ ਆ, ਅਸੀਂ ਉਸ ਲੈਵਲ 'ਤੇ ਲੈ ਕੇ ਆਉਣਾ ਜਿੱਥੇ ਇਹਦੀ ਜਿਹੜੀ ਫ੍ਰੀਕੁਐਂਸੀ ਆ 7-14 ਸਾਈਕਲਸ ਰਹਿ ਜਾਂਦੀ ਹੈਗੀ ਆ, ਅਤੇ ਜਦੋਂ ਅਸੀਂ ਜਾਗਦੇ ਹਾਂ ਇਹਦੀ 14-35 ਸਾਈਕਲਸ ਪਰ ਸੈਕਿੰਡ ਹੁੰਦੀ ਆ ਜੀ। ਸੋ ਅਸੀਂ ਉਹਦੇ ਬ੍ਰੇਨ ਦੀ ਜਿਹੜੀ ਫ੍ਰੀਕੁਐਂਸੀ ਆ ਜਾਂ ਉਹਦੀ ਵਾਈਬ੍ਰੇਸ਼ਨ ਆ ਬ੍ਰੇਨ ਦੀ ਉਹਨੂੰ ਸਲੋ ਕਰਨਾ ਹੈਗਾ ਆ ਜੀ, ਅਤੇ ਉਹ ਸਲੋ ਕਰਨ ਦੀ ਇੱਕ ਬੜੀ ਸਿੰਪਲ ਜਿਹੀ ਇੱਕ ਟੈਕਨੀਕ ਆ, ਉਹਦਾ ਨਾਂ ਹੈਗਾ ਰਿਲੈਕਸੇਸ਼ਨ ਜੀ। ਅਤੇ ਮੈਂ ਉਹ ਰਿਲੈਕਸੇਸ਼ਨ ਟੈਕਨੀਕ ਆਪਣੇ ਸੈਮੀਨਾਰ ਦੇ ਵਿੱਚ ਪ੍ਰੈਕਟੀਕਲ ਕਰਕੇ ਵੀ ਦਿਖਾਉਣਾ ਹੈ ਆਪਣੇ ਪਾਰਟੀਸਪੈਂਟਸ ਨੂੰ, ਵਿਦਇਨ 5 ਮਿੰਟਸ ਉਹਨਾਂ ਨੂੰ ਅਸੀਂ ਐਲਫਾ ਸਟੇਟ ਦੇ ਵਿੱਚ ਲਿਜਾ ਕੇ ਅਤੇ ਉਹਨਾਂ ਨੂੰ ਦੱਸਦੇ ਹਾਂ ਕਿ ਹੁਣ ਆਪਣੇ ਗੋਲ ਵਿਜੁਅਲਾਈਜ਼ ਕਰੋ। ਸੋ ਐਲਫਾ ਸਟੇਟ ਦੇ ਵਿੱਚ ਲਿਜਾ ਕੇ ਅਸੀਂ ਆਪਣੇ ਲਿਖੇ ਹੋਏ ਅਤੇ ਆਪਣੇ ਕੰਧਾਂ 'ਤੇ ਜਿਹੜੇ ਲਾਇਓ ਗੋਲ ਆ ਉਹ ਵਿਜ਼ਨ ਬੋਰਡ ਵਾਲੇ ਅਸੀਂ ਉਹ ਵਿਜੁਅਲਾਈਜ਼ ਕਰਨੇ ਆ ਕਿ ਉਹ ਅਚੀਵ ਆਲਰੇਡੀ ਹੋ ਗਏ ਨੇ, ਰਾਈਟ। ਪਰ ਉਹ ਅਲਫਾ ਲੈਵਲ 'ਚ ਹੀ ਕਿਉਂ ਕਰਨੇ ਨੇ ਜੀ? ਉਹਦਾ ਕਾਰਨ ਇਹ ਹੈਗਾ ਕਿ ਇਹ ਜਿਹੜਾ ਮਾਇੰਡ ਦਾ ਲੈਵਲ ਆ, ਜਦੋਂ ਮਾਇੰਡ ਦੀ
ਫ੍ਰੀਕੁਐਂਸੀ ਲੋ ਹੁੰਦੀ ਹੈਗੀ ਆ ਵੇਵਸ ਦੀ, ਉਦੋਂ ਸਾਡਾ ਕੌਂਸ਼ੀਅਸ ਮਾਈਂਡ ਅਤੇ ਸਬਕੌਂਸ਼ੀਅਸ ਮਾਈਂਡ ਆਪਸ ਦੇ ਵਿੱਚ ਜੁੜੇ ਹੁੰਦੇ ਆ। ਓਕੇ, ਅਤੇ ਜਦੋਂ ਦੋ ਵਾਰੀ ਅਸੀਂ ਦਿਨ ਦੇ ਵਿੱਚ ਨੈਚੁਰਲੀ ਅਲਫਾ ਲੈਵਲ 'ਚ ਜਾਂਦੇ ਹਾਂ, ਜਿਵੇਂ ਅਸੀਂ ਰਾਤ ਨੂੰ ਬੈੱਡ 'ਤੇ ਸੌਣ ਲੱਗਦੇ ਹਾਂ ਅਤੇ ਸੌਣ ਤੋਂ ਪਹਿਲਾਂ ਅਸੀਂ ਇੱਕ ਅਰਧ ਨਿੰਦਰਾ ਜੀ ਅਵਸਥਾ 'ਚ ਹੁੰਦੇ ਹਾਂ, ਉਦੋਂ ਵੀ ਅਸੀਂ ਅਲਫਾ ਲੈਵਲ 'ਚ ਹੁੰਦੇ ਹੈਗੇ। ਅਤੇ ਇਸੇ ਤਰ੍ਹਾਂ ਜਦੋਂ ਸਵੇਰੇ ਜਾਗਣ ਲੱਗਦੇ ਹਾਂ ਅਸੀਂ ਇੱਕਦਮ ਤਾਂ ਨਹੀਂ ਐਕਟਿਵ ਹੋ ਜਾਂਦੇ, ਅਸੀਂ ਬੈੱਡ ਤੋਂ ਉੱਠਣ ਤੋਂ ਪਹਿਲਾਂ ਕੁਛ ਅਰਧ ਨਿੰਦਰਾ ਅਵਸਥਾ 'ਚ ਹੁੰਦੇ ਹਾਂ, ਉਹ ਅਲਫਾ ਲੈਵਲ ਹੁੰਦਾ ਹੈ। ਸੋ ਦੋ ਵਾਰ ਅਸੀਂ ਨੈਚੁਰਲੀ ਅਲਫਾ 'ਚੋਂ ਗੁਜ਼ਰਦੇ ਹਾਂ ਅਤੇ ਅਸੀਂ ਜਦੋਂ ਵੀ ਚਾਹੀਏ ਵੋਲੰਟਰਲੀ ਪ੍ਰੈਕਟੀਕਲੀ ਆਪਣੀ ਮਰਜ਼ੀ ਨਾਲ ਅਲਫਾ ਦੀ ਪ੍ਰੈਕਟਿਸ ਕਰਕੇ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਉਹ ਕਲੀਅਰਲੀ ਹੋਰ ਮੈਸੇਜ ਦੇ ਸਕਦੇ ਹਾਂ। ਰਾਈਟ, ਦੈਨ ਜੇ ਇਹ ਤੁਹਾਡੀ ਜਿਹੜੀ ਮੈਨੀਫੈਸਟੇਸ਼ਨ ਆ, ਜਿਹੜੀ ਤੁਹਾਡੀ ਗੋਲਸ ਦੀ ਅਚੀਵ ਕਰਨ ਦੀ ਪ੍ਰੋਸੈਸ ਆ, ਉਹ ਫਾਸਟ ਹੋ ਜਾਂਦਾ ਆ। ਸੋ ਇਹੀ ਮੇਰੀ ਟ੍ਰੇਨਿੰਗ ਦਾ ਮੇਨ ਫੋਕਸ ਹੁੰਦਾ ਹੈ ਕਿ ਵੀ ਮੈਂ ਹਰ ਪਰਸਨ ਨੂੰ ਇਹੀ ਸਿਖਾਵਾਂ ਕਿ ਵੀ ਉਹ ਕਿਵੇਂ ਅਲਫਾ ਸਟੇਟ ਵਿੱਚ ਕਿਵੇਂ ਜਾਣਾ ਹੈਗਾ। ਰਾਈਟ, ਕਿਉਂਕਿ ਅਲਫਾ ਬੀਟਾ ਥੀਟਾ ਇਹ ਵੇਵਸ ਦੇ ਬਾਰੇ ਜਿਹੜਾ ਅਸੀਂ ਦੇਖਦੇ ਹਾਂ ਕਿ ਜਦੋਂ ਬਹੁਤ ਜ਼ਿਆਦਾ ਸਾਡਾ ਕੌਨਸ਼ੀਅਸ ਮਾਈਂਡ ਜਦੋਂ ਓਵਰ ਰਿਐਕਟ ਕਰ ਰਿਹਾ ਜਾਂ ਕੰਮ ਕਰ ਰਿਹਾ, ਤਾਂ ਉਸ ਸਮੇਂ ਉਹ ਅਲਫਾ 'ਚ ਨਹੀਂ ਹੁੰਦਾ, ਜਦਕਿ ਸਿਰਫ ਇਹ ਦੋ ਅਵਸਥਾਵਾਂ ਹੈਗੀਆਂ ਨੇ ਜਿਹੜੀਆਂ ਕਿ ਨੈਚੁਰਲੀ ਸਾਡੇ 'ਚ ਆਉਂਦੀਆਂ ਨੇ। ਪਰ ਇਟਸ ਆਲ ਅਬਾਊਟ ਵਾਈਬ੍ਰੇਸ਼ਨਲ ਫ੍ਰੀਕੁਐਂਸੀ, ਜਿਹੜੀ ਆਪਣੀ ਫ੍ਰੀਕੁਐਂਸੀ ਹੈਗੀ ਹੈ ਜਦੋਂ ਅਸੀਂ ਉਸਨੂੰ ਐਲੀਵੇਟ ਕਰ ਲੈਂਦੇ ਹਾਂ। ਕਿਉਂਕਿ ਕਿਸੇ ਵੀ ਚੀਜ਼ ਮਿਸਾਲ ਦੇ ਤੌਰ ਦੇ ਉੱਤੇ ਹੁਣ ਰੇਡੀਓ ਸਟੇਸ਼ਨ ਤਾਂ ਇਸ ਸਮੇਂ ਕਿੰਨੇ ਚੱਲ ਰਹੇ ਨੇ, ਪਰ ਜਦੋਂ ਮੈਂ ਟਿਊਨ ਇਨ ਕਰਨਾ ਹੈ ਉਹ ਸਿਰਫ ਵੇਵਸ ਨੂੰ ਮੈਂ ਨਾਲ ਜੋੜ ਰਿਹਾ। ਇਸੇ ਤਰੀਕੇ ਨਾਲ ਆਪਣੀ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਨੂੰ ਤੁਸੀਂ ਕੀ ਸਿਰਫ ਐਲਫਾ ਸਟੇਟ ਵਿੱਚ ਹੀ ਜਾ ਕੇ ਉੱਚਾ ਚੁੱਕ ਸਕਦੇ ਹੋ, ਜਾਂ ਵੈਸੇ ਵੀ ਕੋਈ ਹੋਰ ਟੈਕਨੀਕਸ ਨੇ ਜਿਹਦੇ ਨਾਲ ਕਿ ਆਪਣੀ ਫ੍ਰੀਕੁਐਂਸੀ ਨੂੰ ਤੁਸੀਂ ਵਾਈਬ੍ਰੇਸ਼ਨ ਨੂੰ ਬੈਟਰ ਕਰ ਸਕਦੇ ਹੋ? ਗੁੱਡ ਕੁਐਸਚਨ। ਦੇਖੋ ਜੀ, ਐਲਫਾ ਸਟੇਟ ਇੱਕ ਬਹੁਤ ਹੀ ਮਤਲਬ ਸੁਖਮ ਐਕਸਪੀਰੀਅੰਸ ਹੈਗਾ, ਬਹੁਤ ਹੀ ਵਧੀਆ ਐਕਸਪੀਰੀਅੰਸ ਹੈਗਾ ਜੀ। ਐਲਫਾ ਸਟੇਟ 'ਚ ਨੋਟ ਜਸਟ ਜਿਹੜਾ ਸਾਡਾ ਕੌਂਸ਼ੀਅਸ ਸਬਕੌਂਸ਼ੀਅਸ ਮਾਈਂਡ ਜੁੜੇ ਹੁੰਦੇ ਆ, ਅਲਫਾ ਦੇ ਸਾਡੇ ਸਰੀਰ ਨੂੰ ਉਂਝ ਵੀ ਬੜੇ ਫਾਇਦੇ ਨੇ, ਫਿਜ਼ੀਕਲ ਵੀ ਸਾਡੀ ਜਿਹੜੀ ਬੋਡੀ ਆ। ਜੇ ਮੈਂ ਤੁਹਾਨੂੰ ਲਾਈਕ ਜੇ ਮੈਂ 20 ਮਿੰਟ ਦੀ ਐਲਫਾ ਦੀ ਪ੍ਰੈਕਟਿਸ ਕਰੋਗੇ ਤੁਸੀਂ ਰਿਲੈਕਸੇਸ਼ਨ ਦੀ, ਤੁਹਾਨੂੰ ਉਹਦੇ 4 ਘੰਟੇ ਦੀ ਨੀਂਦ ਦੇ ਬਰਾਬਰ ਤੁਹਾਨੂੰ ਆਰਾਮ ਮਿਲਣਾ ਹੈ। ਅਤੇ ਆਈ ਕੈਨ ਪ੍ਰੈਕਟੀਕਲੀ ਸ਼ੋਅ ਯੂ ਕਿ ਇਸ ਤਰ੍ਹਾਂ ਹੁੰਦਾ ਆ। ਓਕੇ, ਸੋ ਉਹਦੇ ਨੋਟ ਜਸਟ ਆਪਣੇ ਫਿਜ਼ੀਕਲ ਬੈਨੀਫਿਟ ਨੇ, ਮੈਂਟਲ ਬੈਨੀਫਿਟ ਹੈਗੇ ਨੇ, ਪਲੱਸ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਆ ਕਿ ਅਗਰ ਤੁਸੀਂ ਉਸ ਅਵਸਥਾ 'ਚ ਸੌਂਦੇ ਨਹੀਂ, ਸੋਣਾ ਨਹੀਂ, ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਫਿਰ ਅਸੀਂ ਅਨਕੌਂਸ਼ੀਅਸ ਹੋ ਜਾਣਾ ਹੈ। ਰਾਈਟ, ਅਤੇ ਅਸੀਂ ਜਾਗਦੇ ਰਹਿਣਾ ਪਰ ਸੋਣਾ ਵੀ ਨਹੀਂ, ਅਤੇ ਬਿਲਕੁਲ ਵੀ ਐਕਟਿਵ ਮਾਈਂਡ ਨਹੀਂ ਹੈਗਾ ਜੀ। ਅਤੇ ਉਹ ਇੱਕ ਇੰਨਾ ਪਿਆਰਾ ਤਜਰਬਾ ਹੈਗਾ, ਇੱਕ ਇੰਨਾ ਸੁਖਮ ਐਕਸਪੀਰੀਅੰਸ ਹੈ। ਜਿੰਨੇ ਵੀ ਮੈਂ ਆਪਣੇ ਸੈਮੀਨਾਰਜ਼ ਕਰਾਉਣਾ, ਅਤੇ ਕਈ ਲੋਕਾਂ ਦੇ ਤਾਂ ਅੱਖਾਂ 'ਚੋਂ ਆਂਸੂ ਆ ਜਾਂਦੇ ਆ ਉਸ ਐਕਸਪੀਰੀਅੰਸ ਦੇ ਦੌਰਾਨ, ਕਿਉਂਕਿ ਉਹ ਕਹਿੰਦੇ ਕਿ ਸਾਨੂੰ ਇੰਝ ਮਹਿਸੂਸ ਹੋਇਆ ਕੁਛ ਪਲਾਂ ਲਈ ਕਿ ਅਸੀਂ ਆਪਣੇ ਆਸ ਪਾਸ ਕੋਈ ਸਾਡੇ ਬੈਠਾ ਨਹੀਂ, ਅਸੀਂ ਕਿਸੇ ਅਲੱਗ ਹੀ ਦੁਨੀਆ 'ਚ ਹੈਗੇ ਹਾਂ। ਰਾਈਟ, ਸੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜੇ ਅਸੀਂ ਫ੍ਰੀਕੁਐਂਸੀ ਆਪਣੀ ਰੇਜ਼ ਕਰਦੇ ਹੈਗੇ ਹਾਂ, ਅਤੇ ਓਬਵੀਅਸਲੀ ਜਿਵੇਂ ਤੁਸੀਂ ਕਾਫੀ ਕਿਤਾਬਾਂ 'ਚ ਆਪਾਂ ਪੜ੍ਹਿਆ ਵੀ ਦਾ ਸੀਕ੍ਰੇਟ 'ਚ ਵੀ ਵਾਈਬ੍ਰੇਸ਼ਨਲ ਮੈਚ ਦੀ ਗੱਲ ਕੀਤੀ ਗਈ ਹੈਗੀ ਆ। ਸੋ ਰਿਲੈਕਸੇਸ਼ਨ ਇੱਕ ਬਹੁਤ ਹੀ ਪਾਵਰਫੁਲ ਟੂਲ ਹੈਗਾ ਆ। ਰਾਈਟ, ਇਹਨੂੰ ਅਸੀਂ ਰੈਗੂਲਰਲੀ ਰਿਲੈਕਸੇਸ਼ਨ ਨੂੰ ਕਰਕੇ ਉਹਦਾ ਫਾਇਦਾ ਚੱਕ ਸਕਦੇ ਹੈਗੇ। ਨੁਤੇ ਜੀ ਇੱਥੇ ਆ ਕੇ ਸਾਡੇ ਨਾਲ ਮਾਈਂਡ ਪਾਵਰ ਦੇ ਸੰਬੰਧ ਵਿੱਚ, ਇਹ ਤਾਂ ਇੱਕ ਜਿਹਨੂੰ ਕਹਿੰਦੇ ਨੇ ਜੀ ਜਸਟ ਲੇਮੈਨਸ ਲੈਂਗੁਏਜ ਜੋ ਅਸੀਂ ਗੱਲਬਾਤ ਕੀਤੀ, ਆਉਣ ਵਾਲੇ ਸਮੇਂ ਵਿੱਚ ਥੋੜ੍ਹਾ ਇਨਡੈਪਥ ਗੱਲਬਾਤ ਕਰਕੇ ਆਪਣੇ ਦਰਸ਼ਕਾਂ ਤੱਕ ਪਹੁੰਚ ਕਰਾਂਗੇ ਕੁਝ ਪਰਟੀਕੁਲਰ ਟੌਪਿਕਸ ਨੂੰ ਲੈ ਕੇ। ਕਿਉਂਕਿ ਜਦੋਂ ਬੇਸ ਐਟਲੀਸਟ ਬਣ ਜਾਏ, ਫਾਊਂਡੇਸ਼ਨ ਸਟਰੋਂਗ ਹੋਏ, ਤਾਂ ਫਿਰ ਇਮਾਰਤ ਆਟੋਮੈਟਿਕਲੀ ਉਹਦੇ 'ਚ ਵਧੀਆ ਬਣ ਸਕਦੀ ਹੈ। ਅੱਜ ਅਸੀਂ ਸ਼ਿਕਾਰ ਹੋ ਰਹੇ ਹਾਂ ਇਸ ਤੇਜ਼ ਭਰੀ ਜ਼ਿੰਦਗੀ ਦੇ ਵਿੱਚ, ਸਾਨੂੰ ਆਪਣੇ ਕੋਲ ਹੀ ਸਮਾਂ ਨਹੀਂ ਹੈਗਾ। ਸੋ ਜੇਕਰ ਅਸੀਂ ਬੇਸਿਕਲੀ ਇਹੀ ਕੰਮ ਸ਼ੁਰੂ ਕਰ ਦਈਏ ਕਿ 4 ਗ੍ਰਾਫਸ ਜਿਹੜੇ ਤੁਸੀਂ ਕਿਹਾ, ਤੁਹਾਡੇ ਜਿਹੜੇ ਫਿਟਨੈਸ, ਫੈਮਿਲੀ, ਫੇਥ ਅਤੇ ਫਾਈਨੈਂਸ ਦਾ, ਇਹਨੂੰ ਹੀ ਆਪਣਾ ਲਿਖ ਲਈਏ ਪਹਿਲਾ ਗੋਲ ਸਮਝ ਕੇ, ਤਾਂ ਇਹ ਬੜੀ ਵੱਡੀ ਕਾਮਯਾਬੀ ਹੋਏਗੀ। ਉਸ ਤੋਂ ਬਾਅਦ ਹੌਲੀ ਹੌਲੀ ਕਿਹੜੇ ਕਿਹੜੇ ਸਟੈਪਸ ਇਨੀਸ਼ੀਏਟ ਕਰਨੇ ਨੇ, ਇਹਦੇ ਬਾਰੇ ਆਉਣ ਵਾਲੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ ਫੋਰ ਯੋਰ ਟਾਈਮ। ਥੈਂਕ ਯੂ ਜੀ, ਮੈਂ ਤਾਂ ਇੱਕੋ ਹੀ ਫੋਕਸ ਹੈ ਮੇਰਾ, ਮੈਂ ਇਹ ਆਪਣੇ ਦੋਸਤਾਂ, ਬੱਚਿਆਂ, ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਕਿ ਜੋ ਵੀ ਚਾਹੁੰਦੇ ਹੋ ਪਹਿਲਾਂ ਲਿਖਣ ਦੀ ਪ੍ਰੈਕਟਿਸ ਕਰੋ, ਲਿਖੋ, ਉਹਨੂੰ ਲਿਖੋ, ਰਾਈਟ, ਅਤੇ ਉਹ ਆਟੋਮੈਟਿਕਲੀ ਸਬਕੌਂਸ਼ੀਅਸ ਮਾਈਂਡ 'ਚ ਚਲੇ ਜਾਣੇ ਆ ਅਤੇ ਅਚੀਵ ਹੋ ਜਾਣੇ ਆ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਹਰਪ੍ਰੀਤ ਜੀ, ਥੈਂਕ ਯੂ।